ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ? ਕੈਨੇਡਾ ਸਰ। ਕੈਨੇਡਾ? ਹਾਂਜੀ ਸਰ। ਬੜੇ ਐਕਸੈਂਟ ਜਿਹਾ ਬੋਲਿਓ। ਕੋਈ ਗੋਰਾ ਟੱਕਰ ਗਿਆ। ਗੋਰੀ। ਕੋਈ ਵੀ ਸਵਾਲ ਪੁੱਛਾਂ ਤੁਸੀਂ ਹੱਸਣਾ ਨਹੀਂ। ਠੀਕ ਹੈ? ਠੀਕ ਹੈ। ਹੱਸਣਾ ਨਹੀਂ ਮੈਂ ਦੇਖ ਹੱਸਣਾ। ਬੌੜੀ ਕੰਬਲੀ ਹੋਵੇ ਪਰ ਇਹਦੇ ਨੱਕ ਤੇ ਉਹ ਹੈ ਕੁੜੀ ਹੋ ਸਕਦੀ ਤੇ ਕੋਕਾ ਜਿਹਾ ਫਸਿਆ ਖੜਾ ਰਹਿੰਦਾ ਕੋਕਾ ਜਿਹਾ ਫਸਿਆ ਖੜਾ ਰਹਿੰਦਾ ਤਾਂ ਇਹ ਤਾਂ ਨਹੀਂ ਕਿਤੇ ਲਵੇ ਬਿਠਾਉਂਦੇ ਹੋਏ ਯਾਰ ਪੰਜਾਬੀ ਚ ਹੁੰਦੇ ਨੇ ਨੌ ਚੁਨਾਵ ਮੈਂਡ ਦੇ ਪੱਕੇ ਸੀਗੇ ਸਹੀ ਗੱਲ ਮੈਂ ਕਹਿੰਦਾ ਬੜੇ ਡੂੰਘੇ ਰਾਜ ਨੇ ਇਹਨਾਂ ਅੱਖਰਾਂ ਵਿੱਚ ਜੋ ਮੈਂ ਲਿਖਦਾ ਇਸ਼ਕੇ ਦੇ ਚੱਕਰਾਂ ਵਿੱਚ ਮੁਹੱਬਤ ਵਿੱਚ ਹਾਰ ਕੇ ਵੀ ਖੁਸ਼ ਰਹੀ ਹੈ ਬਸ ਇਹੀ ਗੁਣ ਹੈ ਅੱਖਰਾਂ ਵਿੱਚ ਬਸ ਇਹੀ ਗੁਣ ਹੈ ਧਰਮਾਂ ਤਿਆਰ ਹੋਣ ਵਿੱਚ ਕੌਣ ਲਾਉਂਦਾ ਮੁੰਡੇ ਲਾਉਂਦੇ ਨੇ ਜਾਂ ਕੁੜੀਆਂ ਲਾਉਂਦੀਆਂ ਸਰ ਆਫ ਕੋਰਸ ਬੋਇਸ ਬਿਕੋਜ਼ ਕਦੇ ਨੇ ਡਰੈਗ ਨਹੀਂ ਮਿਲਦੀ ਹੁੰਦੀ ਕਦੇ ਨੇ ਕੌਮ ਇਹਨਾਂ ਦਾ ਸੂਟ ਪ੍ਰੈਸ ਕੀਤਾ ਹੁੰਦਾ ਇਹਨਾਂ ਨੂੰ ਐਂ ਨਹੀਂ ਪਤਾ ਲੱਗਦਾ ਨਹਾਉਣ ਲੱਗੀ 3 ਘੰਟੇ ਬਾਅਦ ਨੂੰ ਗੋਣੀ ਜਿਹੜੇ ਦੇ ਕੇ ਮੁੜ ਜਾਂਦੀਆਂ ਫਿਰ ਜਦੋਂ ਐਂ ਕਿਆ ਬਾਤ ਆ ਯਾਰ ਭਾਈ ਉਹ ਰੀਅਲਟੀ ਦੇਖਦੇ ਪਏ ਕਹਿੰਦਾ ਕਿਆ ਬਾਤ ਆ ਯਾਰ ਨੋ ਸਰ ਫਿਰ ਉਹ ਜੇ ਮੇਕਅਪ ਨਾ ਹੁੰਦਾ ਤਾਂ ਕੁੜੀਆਂ ਦਾ ਕੀ ਹੁੰਦਾ ਨਹੀਂ ਪੂਰੀ ਹੋਣ ਦੇ ਦੋ ਕਹਿੰਦਾ ਜਿਹਦੇ ਪਿੱਛੇ ਤੂੰ ਮੈਨੂੰ ਛੱਡ ਕੇ ਗਈ ਆ ਉਹ ਵੀ ਤੇਰੀ ਜ਼ਿੰਦਗੀ ਚੋਂ ਗਿਆ ਲੈ ਤੂੰ ਫੱਕਰਾਂ ਦਾ ਦਿਲ ਤੋੜ ਕੇ ਗਈ ਆ ਤੇਰਾ ਵੀ ਪੜਾਕਾ ਪਿਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਟੂਡੈਂਟ ਮਹਿਕਮਾ ਚੈਨਲ ਦੇਖ ਰਹੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਅਤੇ ਅੱਜ ਅਸੀਂ ਰੌਣਕਾਂ ਲਾਉਣ ਲਈ ਖੜੇ ਹਾਂ ਰਾਈਟ ਵੇ ਏਲਿੰਗਸ ਇੰਸਟੀਟਿਊਟ ਬਰਨਾਲਾ ਵਿੱਚ ਗੱਲਬਾਤ ਕਰਾਂਗੇ ਸਟੂਡੈਂਟ ਨਾਲ ਫਨ ਮਸਤੀ ਵੀ ਜ਼ਰੂਰ ਕਰਾਂਗੇ ਸੋ ਕਰਦੇ ਹਾਂ ਇੱਥੋਂ ਦੇ ਫੈਕਲਟੀ ਮੈਂਬਰ ਨਾਲ ਗੱਲਬਾਤ ਸੋ ਆ ਜਾਓ ਫਿਰ ਚੱਲੀਏ ਜੀ ਸੋ ਹੁਣ ਰਾਈਟ ਵੇ ਏਲਿੰਗਸ ਇੰਸਟੀਚਿਊਟ ਦੇ ਫੈਕਲਟੀ ਮੈਂਬਰ ਸਾਡੇ ਨਾਲ ਨੇ ਜੀ ਕਰਦੇ ਮੈਮ ਨਾਲ ਗੱਲਬਾਤ ਸੁਭਾਸ਼ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕਿੰਨੇ ਜੇ ਆਪਾਂ ਗੱਲਬਾਤ ਕਰੀਏ ਕਿੰਨੇ ਸਮੇਂ ਤੋਂ ਜਿਹੜਾ ਇੰਸਟੀਚਿਊਟ ਹੈ ਜੀ ਇਹ ਚੱਲ ਰਿਹਾ ਜੀ ਕਾਫੀ ਸਾਲਾਂ ਤੋਂ ਚੱਲ ਰਿਹਾ ਇਹ ਰਾਈਟ ਵੇ ਏਅਰਲਿੰਗਸ ਠੀਕ ਹੈ ਇੱਥੇ ਕਾਫੀ ਫੈਸਿਲਿਟੀਜ਼ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਠੀਕ ਹੈ ਆਈਐਲਟੀਐਸ ਕਰਵਾਈ ਜਾਂਦੀ ਹੈ ਪੀਟੀ ਗ੍ਰਾਮਰ ਦੀ ਕਲਾਸ ਵੀਜ਼ਾ ਰਿਗਾਰਡਿੰਗ ਵੀ ਤੁਸੀਂ ਕੋਈ ਵੀ ਕੰਸਲਟ ਕਰਨਾ ਚਾਹੁੰਦੇ ਹੋ ਉੱਥੇ ਵਿਜ਼ਿਟ ਕਰ ਸਕਦੇ ਹੋ ਮੈਮ ਅੱਜ ਕੱਲ੍ਹ ਵੀਜ਼ੇ ਦੇ ਨਾਂ 'ਤੇ ਆਪਾਂ ਗੱਲਬਾਤ ਕਰੀਏ ਬੱਚੇ ਨੂੰ ਗੁੰਮਰਾਹ ਬਹੁਤ ਕੀਤਾ ਜਾਂਦਾ ਜੀ ਹਾਂਜੀ ਉਹਦੇ ਤੁਸੀਂ ਕੀ ਕੀ ਸਰਵਿਸ ਨੇ ਜਿਹੜੇ ਪ੍ਰੋਵਾਈਡ ਕਰਦੇ ਹੋ ਬੱਚੇ ਨੂੰ ਉਹਦੇ ਮੌਕੇ 'ਤੇ ਕੀ ਦੱਸਦੇ ਹੋ ਹਾਂਜੀ ਉਹਦੀ ਪ੍ਰੋਫਾਈਲ ਦੇ ਅਕੋਰਡਿੰਗ ਦੱਸਦੀ ਹਾਂ ਅਗਰ ਉਹ ਲੀਜੀਬਲ ਹੁੰਦਾ ਉਹਦੇ ਬੈਂਡ ਸਕੋਰ ਦੀ ਰਿਕੁਆਇਰਮੈਂਟ ਕੰਪਲੀਟ ਹੋ ਰਹੀ ਹੈ ਆਸਟ੍ਰੇਲੀਆ ਜਾਂ ਕੈਨੇਡਾ ਹੈ ਨਾ ਉਸ ਅਕੋਰਡਿੰਗ ਉਹਦੀ ਫਾਈਲ ਅਸੀਂ ਸਬਮਿਟ ਕਰਦੇ ਹਾਂ ਅਗਰ ਸਾਨੂੰ ਲੱਗਦਾ ਕਿ ਲੀਜੀਬਲ ਨਹੀਂ ਹੈਗਾ ਇਹਦੇ 2 ਤੋਂ 5.5 ਨੇ ਕੈਨੇਡਾ ਦੀ ਫਾਈਲਸ ਨਹੀਂ ਲੱਗਦੀਆਂ ਤੁਹਾਨੂੰ ਕਲੀਅਰ ਕਹਿ ਰਹੇ ਨੇ ਕਿ ਬੱਚਾ ਤੁਹਾਨੂੰ ਇੰਪਰੂਵਮੈਂਟ ਦੀ ਜ਼ਰੂਰਤ ਹੈ ਅਤੇ ਮੈਮ ਆਪਣਾ ਵੀਜ਼ਾ ਸਕਸੈਸ ਰੇਟ ਕਿੰਨਾ ਕੀ ਹੈ ਆਪਣੇ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਜ਼ਿਆਦਾ ਠੀਕ ਹੈ ਆਪਣੇ ਪਿਛਲੇ ਲਾਸਟ ਵੀਕ ਵੀ ਆਸਟ੍ਰੇਲੀਆ ਦੇ ਕਾਫੀ ਵੀਜ਼ੇ ਆਏ ਨੇ ਤੁਸੀਂ ਸਾਈਟ ਤੇ ਇੰਸਟਾਗ੍ਰਾਮ ਤੇ ਰਾਈਟ ਵੇ ਏਅਰਲਿੰਗਸ ਤੇ ਦੇਖ ਸਕਦੇ ਹੋ ਉਹ ਤੇ ਆਸਟ੍ਰੇਲੀਆ ਦੀ ਕਾਫੀ ਅਪਡੇਟਸ ਵੀਜ਼ੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਅਸੀਂ ਮੁੰਡਿਆਂ ਦੇ ਪੁਆਇੰਟ ਆਫ ਵਿਊ ਸੁਣ ਕੇ ਆਏ ਜੀ ਮੁੰਡਿਆਂ ਨੇ ਇਹ ਕਿਹਾ ਵੀ ਕੁੜੀਆਂ ਜ਼ਿਆਦਾ ਸਮਾਂ ਲਾਉਂਦੇ ਨੇ ਤਿਆਰ ਹੋਣ ਦੇ ਵਿੱਚ ਸੋ ਕੁੜੀਆਂ ਵੀ ਸਾਡੇ ਨਾਲ ਨੇ ਇਹਨਾਂ ਵਿੱਚ ਜ਼ਰੂਰ ਜਿਹੜਾ ਮੁੱਦਾ ਉਹ ਅੱਗੇ ਰੱਖਾਂਗੇ ਮੈਮ ਤੁਸੀਂ ਦੱਸੋ ਜੀ ਜ਼ਿਆਦਾ ਸਮਾਂ ਤਿਆਰ ਹੋਣ ਵਿੱਚ ਕੌਣ ਲਾਉਂਦਾ ਮੁੰਡੇ ਲਾਉਂਦੇ ਨੇ ਜਾਂ ਕੁੜੀਆਂ ਲਾਉਂਦੀਆਂ ਸਰ ਆਫ ਕੋਰਸ ਬੋਇਜ਼ ਬਿਕੋਜ਼ ਕਦੇ ਨਾ ਡਰਾਇਰ ਨਹੀਂ ਮਿਲਦੀ ਹੁੰਦੀ ਕਦੇ ਨਾ ਕੌਮ ਨਹੀਂ ਮਿਲਦਾ ਹੁੰਦਾ ਮੰਮੀ ਮੇਰਾ ਕੌਮ ਕਿੱਥੇ ਆ ਜਾਂ ਕਈ ਵਾਰ ਇਹਨਾਂ ਨੂੰ ਮੰਮੀ ਮੇਰੀ ਡਰਾਇਰ ਕਿੱਥੇ ਆ ਲਾਈਕ ਐਂ ਕਰ ਕਰਕੇ ਟੈਂਪਰੇ ਵੇਸਟ ਕਰ ਦਿੰਦੇ ਮਤਲਬ ਮੁੰਡੇ ਤੁਹਾਡੇ ਅਕੋਰਡਿੰਗ ਜ਼ਿਆਦਾ ਲਾਉਂਦੇ ਯੈਸ ਮੁੰਡੇ ਮੇਕਅਪ ਤਾਂ ਨਹੀਂ ਕਰਦੇ ਨੋ ਬਟ ਫਿਰ ਵੀ ਉਹਨਾਂ ਨੇ ਲਾਈਕ ਫੇਸ ਵਾਸ਼ ਕਰਦੇ ਆ ਆਪਦਾ ਲਾਈਕ ਕਈ ਵਾਰ ਸਕ੍ਰਬ ਕਰਦੇ ਆ ਫੇਸ ਤੇ ਹਨਾ ਕਿ ਹਾਂ ਉਹ ਬੈਟਰ ਦਿਖਣ ਲੱਗਾ ਕਦੇ ਕਦੇ ਮੁੰਡੇ ਵੀ ਕਰਦੇ ਆ ਹਾਂ ਯੈਸ ਇਹ ਜ਼ਰੂਰੀ ਨਹੀਂ ਹੈ ਕਿ ਇਕੱਲੇ ਕੁੜੀਆਂ ਹੀ ਟਾਈਮ ਲਾਉਂਦੀਆਂ ਨੇ ਮੇਰੇ ਥਰੂ ਮੁੰਡੇ ਵੀ ਜ਼ਿਆਦਾ ਟਾਈਮ ਲਾਉਂਦੇ ਆ ਕਦੇ ਮੈਂ ਡਰਾਇਰ ਨਹੀਂ ਮਿਲਦੀ ਹੁੰਦੀ ਕਦੇ ਬਾਲ ਨੂੰ ਐਂ ਕਰ ਲਿਆ ਹਨਾ ਕਿ ਹਾਂ ਕਦੇ ਇੱਧਰ ਨੂੰ ਹੋ ਗਏ ਮਾੜੇ ਜੇ ਦੈਟਸ ਵਾਈ ਮਤਲਬ ਤੁਹਾਡੇ ਕੋਣੀ ਮੁੰਡੇ ਜ਼ਿਆਦਾ ਸਮਝਦੇ ਆ ਤੁਹਾਡੇ ਕੋਣੀ ਮੈਮ ਮੁੰਡੇ ਜ਼ਿਆਦਾ ਪੜ੍ਹਦੇ ਜਾਂ ਕੁੜੀਆਂ ਜ਼ਿਆਦਾ ਪੜ੍ਹਦੇ ਕੁੜੀਆਂ ਜ਼ਿਆਦਾ ਪੜ੍ਹਦੇ
ਕੀ ਰੀਜ਼ਨ ਆ ਤੁਹਾਡੇ ਲਈ ਮਤਲਬ ਤੁਹਾਡੇ ਕੋਈ ਵੀ ਕੁੜੀਆਂ ਪੇਰੈਂਟਸ ਬਾਰੇ ਵੀ ਸੋਚਦੀਆਂ ਵੀ ਅਸੀਂ ਆਪਣੇ ਪੇਰੈਂਟਸ ਦਾ ਵੀ ਆ ਮੁੰਡੇ ਕੋ ਜਮੀ ਨਹੀਂ ਸੋਚਦੇ ਇਹ ਕੀ ਕਰਦੇ ਆ ਹਨਾ ਘਰੋਂ ਬੋਲ ਦਿੰਦੇ ਆ ਵੀ ਅਸੀਂ ਜਾਣਦੇ ਆ ਨਹੀਂ ਨਹੀਂ ਇਹ ਬੋਲਦੇ ਆ ਕਿ ਹਨਾ ਸਾਡੀ ਫੀਸ ਹੈਗੀ ਆ 9 ਹਨਾ ਬਟ ਆਪਣੀ ਫੀਸ ਇੱਥੇ ਹੁੰਦੀ ਆ 8 ਸੋ ਝੂਠ ਬੋਲ ਕੇ ਜਾਣ ਕੇ ਫੀਸ ਕਰ ਵੱਧ ਲਿਆਉਂਦੇ ਆ ਹਨਾ ਤੇ ਉਹੀ ਬਾਅਦ ਚੋਂ ਬਾਹਰ ਖਰਾਬ ਕਰਕੇ ਆਉਂਦੇ ਆ ਕੁੜੀਆਂ ਇਹ ਕਰਦੀਆਂ ਸਾਰਾ ਕੁਝ ਕੁੜੀਆਂ ਦੇ ਪੇਰੈਂਟਸ ਕੁੜੀਆਂ ਦੇ ਪੇਰੈਂਟਸ ਬਾਰੇ ਵੀ ਸੋਚਦੀਆਂ ਮੇਰੇ ਪੇਰੈਂਟਸ ਬਾਰੇ ਸੋਚਦੀਆਂ ਪਰ ਜਿੱਥੇ ਤੱਕ ਕੁੜੀਆਂ ਇੱਕ ਵਾਰੀ ਮੇਕਅਪ ਕਰ ਲੈਂਦੀਆਂ ਫਿਰ ਬਾਅਦ ਵਿੱਚ ਸ਼ੀਸ਼ਾ ਮੂਹਰੇ ਨਹੀਂ ਖੜਦੀਆਂ ਇਹ ਸ਼ੀਸ਼ਾ ਮੁੰਡਿਆਂ ਦਾ ਹੈਗਾ ਸ਼ੀਸ਼ਾ ਨਾਲ ਹੀ ਲੈ ਕੇ ਆਉਂਦੇ ਨਹੀਂ ਮੁੰਡਿਆਂ ਦਾ ਹੈਗਾ ਇੱਕ ਗੇੜਾ ਮਾਰਨਗੇ ਤੇ ਫਿਰ ਸ਼ੀਸ਼ਾ ਮੂਹਰੇ ਆਏ ਫਿਰ ਦੁਬਾਰਾ ਫਿਰ ਆਣਗੇ ਫਿਰ ਦੇਖਣਗੇ ਠੀਕ ਆ ਮੈਂ ਬਸ ਤੇ ਅੱਜ ਕੱਲ੍ਹ ਜਿਵੇਂ ਤੁਸੀਂ ਕਹਿ ਰਹੇ ਹੋ ਕੁੜੀਆਂ ਫੇਸ਼ੀਅਲ ਵਗੈਰਾ ਮੁੰਡਿਆਂ ਦਾ ਵੀ ਹੋਇਆ ਪਿਆ ਮਤਲਬ ਸੇਮ ਹੀ ਆ ਕੰਮ ਸੇਮ ਹੀ ਆ ਮਤਲਬ ਪੜ੍ਹਨ ਵਿੱਚ ਤੁਹਾਡੇ ਅਕੋਰਡਿੰਗ ਕੌਣ ਜ਼ਿਆਦਾ ਉਹ ਤਾਂ ਸਰ ਆਪਣੇ ਤੇ ਡਿਪੈਂਡ ਕਰਦਾ ਹੁਣ ਚਲੋ ਥੋੜ੍ਹਾ ਜਿਹਾ ਲਾਜ ਹੀ ਰਹੇਗੀ ਸਾਂਝ ਆ ਗਿਆ ਬਹੁਤ ਔਖਾ ਨਹੀਂ ਸੁਣਨਾ ਮੈਨੂੰ ਸੋ ਕੋਈ ਨਹੀਂ ਮੈਮ ਜੀ ਮੈਮ ਗੱਲਬਾਤ ਕਰੀਏ ਆਪਾਂ ਚਲੋ ਹੁਣ ਜੇ ਇੱਕ ਸਿੰਪਲ ਜੀ ਗੱਲ ਜੇ ਫਿਲਟਰ ਨਾ ਹੁੰਦੇ ਮਤਲਬ ਜ਼ਿਆਦਾਤਰ ਦੇਖੋ ਕੁੜੀਆਂ ਫਿਲਟਰ ਲਾਉਂਦੇ ਤੁਸੀਂ ਮੰਨਦੇ ਹੋ ਮੁੰਡੇ ਵੀ ਲਾਉਂਦੇ ਆ ਸਰ ਯੈਸ ਸਰ ਯੈਸ ਸਰ ਮੁੰਡੇ ਵੀ ਲਾਉਂਦੇ ਆ ਨਹੀਂ ਕਈ ਵਾਰੀ ਮਤਲਬ ਕਈ ਵਾਰੀ ਕੋਈ ਇਦਾਂ ਦੀ ਰੀਲ ਆ ਜਾਂਦੀ ਹੁੰਦੀ ਹੈ ਵੀ ਰੀਲ ਦੇਖ ਕੇ ਆਉਂਦਾ ਵੀ ਕੀ ਬਾਤ ਆ ਯਾਰ ਭਾਈ ਉਹ ਰੀਅਲਟੀ ਦੇਖਦੇ ਫਿਰ ਕਹਿੰਦਾ ਕੀ ਬਾਤ ਆ ਯਾਰ ਨੋ ਸਰ ਫਿਰ ਉਹ ਉਹਨੇ ਸੀਨ ਹੋ ਜਾਂਦੇ ਉਸ ਵਿੱਚ ਤੁਸੀਂ ਥੋੜਾ ਜਿਹਾ ਚਾਨਣਾ ਜ਼ਰੂਰ ਪਾਇਓ ਐਵੇਂ ਨਹੀਂ ਹੁੰਦਾ ਹੈ ਨਾ ਲਾਈਕ ਵੌਇਸ ਦਾ ਵੀ ਸੇਮ ਹੁੰਦਾ ਇਹ ਕੋਈ ਡਾਊਟ ਨਹੀਂ ਹੈ ਗਰਲਸ ਨਹੀਂ ਯੂਜ਼ ਕਰਦੇ ਫਿਲਟਰ ਬੋਇਸ ਵੀ ਯੂਜ਼ ਕਰਦੇ ਆ ਪਹਿਲਾਂ ਸਿੰਪਲ ਕੈਮਰੇ 'ਚ ਵੀਡੀਓ ਬਣਾਉਂਦੇ ਆ ਫਿਰ ਉਹਨੂੰ ਕੰਟਾ ਐਡਿਟ ਕਰਨ ਨੂੰ ਲਾ ਦਿੰਦੇ ਆ ਕਿ ਹੈ ਨਾ ਕਲਰ ਚੇਂਜ ਕਰਦੇ ਆ ਫਿਲਟਰ ਲਾਉਂਦੇ ਆ ਸੋ ਬੋਇਸ ਐਂਡ ਗਰਲਸ ਦੇ ਵਿੱਚ ਸੇਮ ਆ ਇਸ ਕੋਈ ਟੌਕ ਨਹੀਂ ਹੈਗਾ ਮਤਲਬ ਕੁਝ ਯਾਦ ਨਹੀਂ ਜੇ ਇੱਕ ਸਿੰਪਲ ਜੀ ਗੱਲ ਕਰੀ ਵੀ ਜੇ ਮੇਕਅਪ ਨਾ ਹੁੰਦਾ ਤਾਂ ਕੁੜੀਆਂ ਦਾ ਕੀ ਹੁੰਦਾ ਨਹੀਂ ਜਿਹੜਾ ਸਰ ਮੁੰਡਿਆਂ ਦਾ ਹੋ ਰਿਹਾ ਉਹੀ ਕੁੜੀਆਂ ਦਾ ਹੁੰਦਾ ਫਿਰ ਮਤਲਬ ਸੇਮ ਹੀ ਸੀ ਕੰਮ ਦੇਖ ਲਓ ਫਿਰ ਤੁਸੀਂ ਆਪ ਹੀ ਸੋਚੋ ਮਤਲਬ ਇੱਕ ਬਰਾਬਰ ਬਰਾਬਰ ਕਰਦੀ ਹੈ ਵੀ ਇੱਕ ਗੱਲ ਚਲੋ ਸੀ ਬਰਾਬਰ ਕਰਦੀ ਮੁੰਡੇ ਬਰਾਬਰ ਪੜਦੇ ਕਰ ਦੀਏ ਨੋ ਨੋ ਇਹ ਗੱਲ ਨਹੀਂ ਹੋ ਸਕਦੀ ਇਹ ਨਹੀਂ ਹੋ ਸਕਦੀ ਨੋ ਦੇਖ ਲਓ ਨਹੀਂ ਨੋ ਸਰ ਮੈਂ ਬਾਗਜੂ ਕਿਹੜੀ ਗੱਲ ਹੁਣ ਸਰ ਸੱਚ ਆ ਉਹ ਸੱਚ ਹੈ ਅੱਛਾ ਚਲੋ ਮੰਨ ਲੈਨੇ ਆ ਓਵਰਆਲ ਚਲੋ ਇਹ ਕਹਿੰਦੀ ਵੀ ਚਲ ਕੁੜੀਆਂ 60% ਪੜਦੇ ਨੇ ਮੁੰਡੇ 50% ਨਹੀਂ ਨਹੀਂ 30% ਹੀ ਪੜਦੇ ਹੋਣਗੇ ਮੁੰਡੇ ਤਾਂ ਫਿਰ ਮੁੰਡੇ 30% ਪੜਦੇ 30% ਪੜਦਾ ਪਾਸ ਹੀ ਹੁੰਦਾ ਬਸ 30 ਨੰਬਰ ਚਾਹੀਦਾ ਦੇ ਦੇ ਪੁੱਛ ਲੋ ਕਿਹੜਾ ਮੈਂ ਸਿਰਫ ਇੱਕ ਹੀ ਮੁੰਡਾ ਦਾ ਕਹਿ ਸਕਦੀ ਕਿ ਪੜਦਾ ਇੱਕ ਮੁੰਡਾ ਪੜਦਾ ਥੋੜੀ ਗੱਲ ਬਾਕੀ ਨਹੀਂ ਹੁੰਦਾ ਬੇੜਾ ਕਰਕੇ ਟਾਈਮ ਪਾਸ ਨਹੀਂ ਨਹੀਂ ਟਾਈਮ ਪਾਸ ਤਾਂ ਚਲੋ ਮੁੰਡੇ ਆਏ ਵੀ ਲੇਟ ਜ਼ਰੂਰ ਹੋ ਜਾਂਦੇ ਆ ਆਏ ਬੈਂਡ ਲੈਣ ਵਿੱਚ ਪਰ ਟਾਈਮ ਜ਼ਰੂਰ ਲੱਗਦਾ ਪਰ ਲੈ ਜਾਂਦੇ ਆ ਕਈ ਵਾਰ ਲੈ ਜਾਂਦੇ ਆ ਫਸਟ ਟਾਈਮ ਹੀ ਲੈ ਜਾਂਦੇ ਆ ਕਈ ਵਾਰ ਫਸਟ ਟਾਈਮ ਲੈ ਜਾਂਦੇ ਕੁੜੀਆਂ ਦੇਖੋ ਹਨਾ ਇਹ ਤਾਂ ਲਾਈਕ ਆਪਦੀ ਸਕਿਨ ਤੇ ਡਿਪੈਂਡ ਹੁੰਦਾ ਵੈਸੇ ਲਾਈਕ ਆਪਾਂ ਇੱਥੇ ਆਉਂਦੇ ਹਾਂ ਤਾਂ ਕੋਈ ਮੇਕਅਪ ਨਹੀਂ ਹੁੰਦਾ ਹੈਗਾ ਜੇ ਸਿੰਪਲ ਸਕ੍ਰਬ ਵਗੈਰਾ ਕੀਤਾ ਲਾਈਕ ਹਨਾ ਅੱਗੇ ਬਟ ਜਦੋਂ ਆਪਾਂ ਨੂੰ ਹੁੰਦਾ ਕਿ ਹਾਂ ਵਿਆਹ ਸ਼ਾਦੀ 'ਤੇ ਮੇਕਅਪ ਚੱਲਦਾ ਹੀ ਆ ਹਨਾ ਵਿਦਆਊਟ ਮੇਕਅਪ ਤਾਂ ਉਹ ਚੰਗਾ ਵੀ ਨਹੀਂ ਲੱਗਦਾ ਹੈਗਾ ਸੋ ਉੱਥੇ ਬੋਇਜ਼ ਇਹ ਵੀ ਜਾਂਦੇ ਆ ਪਾਰਲਰ ਜਾਂਦੇ ਆ ਮੂੰਹ ਸਾਫ਼ ਕਰਾ ਕੇ ਆਉਂਦੇ ਆ ਕਿੰਨਾ ਕੁਛ ਕਰਦੇ ਆ ਇਹ ਵੀ ਨੋ ਡਾਊਟ ਮਤਲਬ ਓਵਰਆਲ ਬਰਾਬਰ ਕਰਦੀ ਫਿਰ ਇਸ ਚੀਜ਼ ਵੀ ਮੁੰਡੇ ਤਾਰੀਫ ਕਰਾਂ ਅੰਦਰ ਤਾਂ ਖੁਸ਼ੀ ਹੁੰਦੀ ਮੇਰੀ ਤਾਰੀਫ ਹੋ ਰਹੀ ਹੈ ਸਜਾਈ ਤਾਂ ਨੀ ਹੈਗੀ
फिर बाल टाइक बाल इधर टाइक बाल इधर टाइक बाल होंगे ने ओही कदे इधर कदे इधर टोटली भी कुड़ियां ज्यादा पढ़दियां ने थोड़े मुंह मड़ी थोड़ी मां तारीफ सुनी ली कुड़ियां दी जां कुड़ियां ज्यादा पढ़दियां बस तुसी ऐ ला लो 60% कुड़ियां 55% मुंडे पता लग जाएगा मैं फिर तक पहले मुंडे ले जोरदार ताड़ियां जी मैम गल बात तुसी केड़ी कंट्री जाना चाहुंदे हो कनाडा बड़े एक्सेंट जैसे बोल रहे हो गोरे वाला फील चाहिए देखो डी गोरे वाला सुना कोई गल नहीं हाँ जी मैं थोड़ा काम चलो तुम सपोज करो तुम कनेडा पहुँच गए ठीक है कनेडा जाके पहला काम की करना चाहते हो पहला खुद जाके सेटल होना उस तो बाद कोई काम करना होते जाके कोई काम करना चाहिए कि मैं ठंडे हिम्मत ना काम बारे बोली है चलो तुम ऐ करो भी तुम हसना नहीं ठीक है मैं थोड़ा कोई भी सवाल पूछा तुम हसना नहीं ठीक है हसना नहीं मैं देखो हसना नहीं चलो कोई गल नहीं बहुत बढ़िया लगती है हाँ केड़ी कंट्री जाना भाई थोड़ा ड्रीम कनेडा तुसी भाई ऑस्ट्रेलिया बारे तुसी भाई जिथे मर्जी इथों कट लो बस इथों कट लो फिर आ गया तुसी भाई किथे भाई किथे मर्जी चाहे चीन च भेज दो चाहे चीन च भेज दो तुसी तां भी गल ही जमा सिर वाली मेड़ती ते सपोज करो भाई तुसी चलो बारे भी बागी नजारा ही आ जाओ भाई फिर तां गोरी टक्कर गई ठीक है तुसी मान के चलो भी चलो गोरी नू भी छड्डो थोड़े जज्बात थोड़े जे मारी आपां ठीक है ਮੈਨੂੰ ਇਹ ਦੱਸ ਦੇ ਵੀ ਕੋਈ ਗੱਲ ਵੀ ਸੱਚਾ ਪਿਆਰ ਕਿੰਨੇ ਵਾਰੀ ਹੋ ਸਕਦਾ ਅਣਗਿਣਤ ਵਾਰੀ ਬਈ ਅਣਗਿਣਤ ਵਾਰੀ ਹਰੇਕ ਨੂੰ ਦੇਖ ਕੇ ਜੜੀ ਸੜੇ ਬੰਦੇ ਦਾ ਸੜੇ ਬੰਦੇ ਦਾ ਸੂ ਥਾਂ ਥਾਂ ਦੇਖ ਕੇ ਬਸ ਹੋ ਹੀ ਜਾਂਦਾ ਸੜੇ ਬੰਦੇ ਦਾ ਹਰੇਕ ਨੂੰ ਪਿਆਰ ਹੋ ਜਾਂਦਾ ਬਈ ਬੌੜੀ ਕਮਲੀ ਹੋਵੇ ਚੱਕਰ ਵਾਲੀ ਗੱਲ ਤੁਹਾਨੂੰ ਵੀ ਕਿੱਦਾਂ ਦੀ ਕੁੜੀ ਚਾਹੀਦੀ ਹੈ ਆਪਾਂ ਨੂੰ ਬਈ ਕੁੜੀ ਚਾਹੀਦੀ ਹੈ ਕੱਲੀ ਕੁੜੀ ਚਾਹੀਦੀ ਹੈ ਨਾ ਸੰਦਾ ਹੱਦਾ ਮੈਂ ਸਮਝਾਉਣਾ ਜਿਉਂਦੀ ਹੋਵੇ ਜਿਉਂਦੀ ਹੋਵੇ ਠੀਕ ਹੈ ਨਾ ਇੰਸਟਾਗ੍ਰਾਮ ਨਾਲ ਚਲਾਉਂਦੀ ਹੋਵੇ ਇੰਸਟਾਗ੍ਰਾਮ ਨਾਲ ਚਲਾਉਂਦੀ ਸਨੈਪਚੈਟ ਨਾਲ ਚਲਾਉਂਦੀ ਹੋਵੇ ਸਨੈਪਚੈਟ ਨਾਲ ਚਲਾਉਂਦੀ ਮਨੇ ਇਹਦੇ ਲੋ ਫੋਨ ਤੋਂ ਦੂਰ ਹੀ ਹੋਵੇ ਫੋਨ ਤੋਂ ਦੇ ਤੇਰੇ ਵਰਗੀ ਹੋਵੇ ਇੱਕ ਕੁੜੀ ਦਾ ਮੂੰਹ ਵੱਡਾ ਹੋਵੇ ਇਹਦੇ ਵਰਗਾ ਹੋਵੇ ਇੱਕ ਕੁੜੀ ਦਾ ਮੂੰਹ ਵੱਡਾ ਹੋਵੇ ਤੈਨੂੰ ਵੱਡੇ ਮੂੰਹ ਵਾਲਾ ਕਹਿੰਦੇ ਨੇ ਯਾਰਾ ਕਰਕੇ ਉਹ ਕਰਨਾ ਪੈਂਦਾ ਕੰਪਰੋਮਾਈਜ਼ ਕਰਨਾ ਪੈਂਦਾ ਮਾੜਾ ਮੋਟਾ ਕੰਪਰੋਮਾਈਜ਼ ਕਰਨਾ ਪੈਂਦਾ ਚੱਲ ਸਪੋਜ਼ ਕਰ ਵੀ ਜਾ ਰਿਹਾ ਤੈਨੂੰ ਕੋਈ ਸ਼ਕਤੀ ਮਿਲ ਜੇ ਤੈਨੂੰ ਕੋਈ ਸ਼ਕਤੀ ਮਿਲ ਜੇ ਘੰਟੇ ਲਈ ਤੂੰ ਤੈਨੂੰ ਭਗਵਾਨ ਕਹਿ ਦੇ ਵੀ ਤੂੰ ਕੋਈ ਤਿੰਨ ਚੀਜ਼ਾਂ ਕਰ ਸਕਦਾ ਉਹ ਸ਼ਕਤੀ ਨਾਲ ਕਿਹੜੀ ਕਿਹੜੀਆਂ ਤਿੰਨ ਚੀਜ਼ਾਂ ਕਰੇਗਾ ਜਿੰਨੇ ਮੇਰੇ ਨਾਲ ਦੇ ਨੇ ਸਾਰਿਆਂ ਨੂੰ ਗੁੰਗੇ ਬਣਾ ਦੂੰ ਠੀਕ ਹੈ ਪਹਿਲਾਂ ਤਾਂ
ਇਦੋਂ ਮਗਰੋਂ ਦੁਨੀਆ ਦੇ ਸਾਰਿਆਂ ਤੋਂ ਅਮੀਰ ਬੰਦੇ ਹੀ ਹੋ ਜਾਣਗੇ ਮੰਨ ਕੇ ਚਾਰੇ ਪੰਜੇ ਆਪਦੇ ਆਪ ਨੂੰ ਅਮੀਰ ਕਰ ਲਓ ਅਮੀਰ ਕਰ ਲਓ ਤੀਜਾ ਕੰਮ ਅਸੀਂ ਬਸ ਇੱਕ ਇੱਕ ਮੰਨ ਕੇ ਚੱਲੋ ਜਾਂ ਸਹੇਲੀ ਜਿਹੜੀ ਦੁਨੀਆ ਦੀ ਸਭ ਤੋਂ ਕੁੜੀਆਂ ਚ ਹੀ ਸਹੇਲੀਆਂ ਬਣਾਉਣਾ ਸੋਹਣੀਆਂ ਸੁਨੱਖੀਆਂ ਮੰਨ ਕੇ ਚੱਲੋ ਕਹਿੰਦਾ ਬੜੇ ਡੂੰਘੇ ਰਾਜ ਨੇ ਇਹਨਾਂ ਅੱਖਰਾਂ ਵਿੱਚ ਜੋ ਮੈਂ ਲਿਖਦਾ ਇਸਕੇ ਦੇ ਚੱਕਰਾਂ ਵਿੱਚ ਮੁਹੱਬਤ ਵਿੱਚ ਹਾਰ ਕੇ ਵੀ ਖੁਸ਼ ਰਹੀ ਹੈ ਬਸ ਇਹੀ ਗੁਣ ਹੈ ਫਕਰਾਂ ਵਿੱਚ ਬਸ ਇਹੀ ਗੁਣ ਹੈ ਫਕਰਾਂ ਵਿੱਚ ਕੀ ਬਾਤ ਹੈ ਸੋ ਜ਼ੋਰਦਾਰ ਤਾੜੀਆਂ ਸਭਰਾ ਲਈ ਕੀ ਕਹਿੰਦਾ ਉਸ ਨਾਲ ਵੀ ਕਹਿੰਦਾ ਜਿਹਦੇ ਪਿੱਛੇ ਤੂੰ ਮੈਨੂੰ ਛੱਡ ਕੇ ਗਈ ਆ ਉਹ ਵੀ ਤੇਰੀ ਜ਼ਿੰਦਗੀ ਚੋਂ ਗਿਆ ਲੈ ਤੂੰ ਫਕਰਾਂ ਦਾ ਦਿਲ ਤੋੜ ਕੇ ਗਈ ਆ ਤੇਰਾ ਵੀ ਪਟਾਕਾ ਪਿਆ ਹੈ ਰਾਈਟ ਵੇ ਏਲਿੰਗਸ ਇੰਸਟੀਟਿਊਟ ਵਿੱਚ ਅਸੀਂ ਰੌਣਕਾਂ ਲਾਈ ਨੇ ਜੇ ਤੁਸੀਂ ਵੀ ਚਾਹੁੰਦੇ ਹੋ ਅਸੀਂ ਤੁਹਾਡੇ ਸਕੂਲਾਂ ਕਾਲਜਾਂ ਦੇ ਇੰਸਟੀਟਿਊਟਾਂ ਵਿੱਚ ਆ ਕੇ ਰੌਣਕਾਂ ਲਾਈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਇੰਸਟਾਗ੍ਰਾਮ ਪੇਜ ਸਟੂਡੈਂਟ ਮਹਿਕਮਾ 855 ਨਾਮ 'ਤੇ ਜੀ ਸਾਨੂੰ ਮੈਸੇਜ ਕਰੋ ਅਸੀਂ ਜ਼ਰੂਰ ਆਵਾਂਗੇ ਥੈਂਕ ਯੂ ਸੋ ਮਚ